ਵੱਜਣੇ ਹੀ ਵੱਜਣੇ ਨੇ ਮੀਆਂ ਦੇ ਨਾਰੇ। ਲੋ ਰਾਜ ਮੀਆਂ ਆ ਗਿਆ ਜੀ, ਮੀਆਂ ਵੱਜੇਗਾ ਜਾਂ ਨਾਰੇ ਵੱਜਣਗੇ। ਆਹੋ, ਜਾਂ ਮੀਆਂ ਵੱਜੇਗਾ ਜਾਂ ਨਾਰੇ ਵੱਜਣਗੇ। ਤੇ ਮੌਸਮ ਦੇਖੋ ਜੀ, ਮੌਸਮ ਕਿਤਨਾ ਸੋਹਣਾ ਹੋ ਗਿਆ ਹੈ ਅੱਜ। ਮੈਂ ਹੁਣੇ ਬਾਹਰ ਨਿਕਲੀ ਤੇ ਮੈਂ ਮੌਸਮ ਦੇਖ ਕੇ ਹੈਰਾਨ ਤੇ ਪਰੇਸ਼ਾਨ ਹੀ ਹੋ ਗਈ। ਮੈਂ ਕਿਹਾ ਹੈ, ਅੱਗੇ ਤਾਂ ਹੋਰ ਸੀ ਮੌਸਮ, ਫੁੱਲ ਧੁੱਪ ਸੀ ਤੇ ਇੱਕਦਮ ਮੀਆਂ ਆ ਗਿਆ ਨਾ। ਹਾਂਜੀ, ਮੀਆਂ ਦੇ ਵਿਦੋਂ ਦੱਸਦੇ ਆ ਨਾ, ਮੀਆਂ ਆ ਗਿਆ ਤੇ ਨਾਲ ਹੀ ਮੌਸਮ ਠੰਡਾ ਹੋ ਗਿਆ। ਸਾਡਾ ਮੌਸਮ ਨਾ ਚੇਂਜ ਕਰਤਾ, ਮੀਆਂ ਨੇ ਆਉਂਦੇ ਨੇ। ਕਾਸ਼ ਕੇ ਪਾਕਿਸਤਾਨ ਦਾ ਮੌਸਮ ਵੀ ਹੁਣ ਚੇਂਜ ਕਰ ਦੇ, ਪਾਕਿਸਤਾਨ ਦੇ ਹਾਲਾਤ। ਚਲੋ ਜੀ, ਜੋ ਵੀ ਆਵੇ ਸਾਡੇ ਮੁਲਕ ਵਾਸਤੇ ਅੱਛਾ ਆਵੇ। ਹਾਂ, ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਈਏ ਅਸੀਂ ਅੱਜ ਆਪਣਾ ਮੌਸਮ। ਆਪਣਾ ਮੌਸਮ ਤਾਂ ਕੀ ਦਿਖਾਉਣਾ ਵਾ, ਆਪਣੇ ਸ਼ਹਿਰ ਦਾ ਮੌਸਮ ਹੀ ਦਿਖਾ ਰਹੇ, ਆਪਣੇ ਸ਼ਹਿਰ ਦਾ ਮੌਸਮ। ਮੈਂ ਕਿਹਾ ਚਲੋ ਦੇਖ ਲਓ, ਬੜੀ ਸੋਹਣੀ ਹਵਾ ਚੱਲ ਪਈ ਆ ਤੇ ਬੱਦਲ ਵੀ ਆ ਗਏ ਨੇ ਤੇ ਲੱਗਦਾ ਬਾਰਿਸ਼ ਪਵੇਗੀ। ਹਾਂਜੀ, ਬਾਜੀ ਤੇ ਸ਼ੇਰੋ ਸ਼ਾਇਰੀ ਤੇ ਉਤਰ ਆਈ ਫੁੱਲ। ਬਾਜੀ ਦਾ ਜੀ ਮੂਡ ਹੋ ਰਿਹਾ ਸ਼ੇਰੋ ਸ਼ਾਇਰੀ ਕਰਨ ਦਾ ਨਾ ਜੀ। ਸਾਰੇ ਤੁਨੇ ਖੁਦ ਕੀ ਹੈ ਬੈਠ ਕੇ, ਇਹ ਤਾਂ ਪਹਿਲੇ ਕੇ ਥੇ ਕੀ ਹੈ ਤੇ ਹੁਣ ਫਿਰ ਇਹਨੂੰ ਕੀ ਯਾਦ ਕਰਨ ਲੱਗੀ? ਹਾਂਜੀ। ਅੱਛਾ, ਅਬ ਇਸਕੋ ਯਾਦ ਕਰਨ ਕਿਆ, ਇਹ ਮੈਥ ਦਾ ਕਿਆ ਯਾਦ ਕਰਨਾ ਬਈ? ਟੈਸਟ ਵੀ ਯਾਦ ਕਰ। ਉਹ ਯਾਦ ਕਰੇਗੀ 10 ਵਿੱਚ ਕਿੰਨੇ ਪਾਉਣੇ, 10 ਚ 50 ਚ 5 ਪਾਉਣੇ ਆ ਤੇ ਕਿੰਨੇ ਬਣਨੇ, 28 ਚ 4 ਪਾਉਣੇ ਆ ਤੇ ਕਿੰਨੇ ਬਣਨੇ। ਹਾਂਜੀ ਜੀ, ਅਸਲਾਮੋ ਅਲੈਕੁਮ, ਕਿਆ ਹਾਲ ਚਾਲ ਹੈ ਜੀ? ਠੀਕ ਠਾਕ, ਸ਼ੁਕਰ ਅੱਲਾ ਦਾ, ਅਸੀਂ ਵੀ ਠੀਕ ਠਾਕ ਆ, ਖੈਰ ਖਰੀਅਤ ਦੇ ਨਾਲ ਆ। ਤੇ ਬਸ ਤੁਸੀਂ ਦੱਸੋ, ਤੁਸੀਂ ਕਿੱਦਾਂ ਹੋ? ਤੇ ਚਲੋ ਜੀ, ਆ ਗਏ ਆ ਉੱਪਰ, ਉੱਪਰ ਆ ਗਏ ਹੈ ਉੱਪਰ। ਉਹ ਕਿਸ ਤਰ੍ਹਾਂ, ਉਹ ਇਸ ਤਰ੍ਹਾਂ ਕਿ ਸੋਬੀਆ 'ਚ ਖਬਰਾਂ ਸੁਣਨ ਡਈ ਹੈ ਦੁਨੀਆ ਦੀ ਪਹਿਲੀ, ਸੋਬੀਆ 'ਚ ਫੋਨ 'ਤੇ ਖਬਰਾਂ ਸੁਣਨ ਡਈ। ਮੈਂ ਕਿਹਾ ਹੈ ਇਹ ਚੰਦ ਅੱਜ ਕਿੱਧਰੋਂ ਚੜਿਆ? ਚੰਦ ਵੈਸੇ ਇੱਧਰੋਂ ਚੜ੍ਹਦਾ ਹੁੰਦਾ ਕਿ ਇੱਧਰੋਂ ਚੜ੍ਹਦਾ ਹੁੰਦਾ? ਯਾਦ ਹੀ ਭੁੱਲਿਆ, ਨਿੱਕੇ ਨਿੱਕੇ ਹੁੰਦੇ ਉਦੋਂ ਯਾਦ ਹੁੰਦਾ ਸੀ। ਹਾਂ ਨਹੀਂ, ਇੱਧਰੋਂ ਤਾਂ ਸੂਰਜ ਚੜ੍ਹਦਾ ਖਰੇ। ਹਾਂ, ਸੂਰਜ ਇੱਧਰ ਸੇ ਚੜ੍ਹਦਾ ਹੈ। ਨਹੀਂ ਨਹੀਂ, ਇੱਧਰੋਂ ਚੜ੍ਹਦਾ, ਸੂਰਜ ਇੱਧਰ ਸੇ ਚੜ੍ਹਦਾ ਹੈ। ਗਲਤੀ ਹੋ ਗਈ, ਗਲਤੀ ਹੋ ਗਈ, ਸੋਰੀ ਸੋਰੀ ਸੋਰੀ। ਹਾਂਜੀ, ਕਾ ਹੁਆ? ਮੈਂ ਇੱਧਰ ਸੇ ਹੂੰ, ਇੱਧਰ ਸੇ। ਤੇ ਬਾਹਰ ਦੇ ਨਜ਼ਾਰੇ, ਅੱਜ ਮੌਸਮ ਬਹੁਤ ਪਿਆਰਾ, ਬਹੁਤ ਖੂਬਸੂਰਤ ਵਾਇਆ। ਕਿਆ ਮੌਸਮ, ਕਿਆ ਮਸਤ ਨਜ਼ਾਰੇ! ਤੇ ਬਸ ਅੱਜ ਇਹੀ ਮਾਹੌਲ ਬਣਿਆ ਪਿਆ, ਬਹੁਤ ਹੀ ਖੂਬਸੂਰਤ ਮੌਸਮ ਹੋਇਆ ਪੜਾ ਹੈ। ਤੇ ਪਤਾ ਨਹੀਂ ਖਰੇ ਮੀਆਂ ਜੀ ਅਜਾਏ ਤਾਂ ਇਸ ਵਾਸਤੇ ਹੋਇਆ ਪੜਾ ਹੈ, ਜਾਂ ਵੈਸੇ ਹੀ ਹੁਣ ਸਾਡੇ ਮੁਲਕ ਦਾ ਮੌਸਮ ਅੱਛਾ ਹੋ ਜਾਏਗਾ, ਜਾਂ ਕਿੱਦਾਂ ਹੋ ਜਾਏਗਾ, ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ। ਅਸੀਂ ਤਾਂ ਵੈਸੇ ਫੁੱਲ ਇੰਜੋਏ ਕਰ ਰਹੇ ਹਾਂ ਛੱਤ 'ਤੇ ਆਏ ਤੇ, ਤੁਸੀਂ ਵੀ ਕਰ ਲਓ ਥੋੜ੍ਹਾ ਬਹੁਤਾ ਨਾ, ਤੁਸੀਂ ਥੋੜ੍ਹਾ ਹੀ ਕਰ ਸਕਦੇ, ਬਹੁਤਾ ਤਾਂ ਨਹੀਂ ਕਰ ਸਕਦੇ, ਬਹੁਤਾ ਤਾਂ ਅਸੀਂ ਇੱਥੇ ਅਸੀਂ ਕਰਾਂਗੇ। ਤੁਸੀਂ ਕੀ ਕਰ ਰਹੇ ਹੋ ਜੀ? ਹਵਾ ਬਹੁਤ ਹੀ ਅੱਛੀ, ਬਹੁਤ ਹੀ ਅੱਛੀ ਚੱਲ ਰਹੀ ਆ, ਬਹੁਤ ਹੀ ਜ਼ਬਰਦਸਤ ਚੱਲਦੀ ਪਈ ਆ। ਅਤੇ ਬੱਚੇ ਦੇਖੀਏ ਨਾ ਬਾਹਰ ਕਿੱਦਾਂ ਇੰਜੋਏ ਕਰਦੇ ਪਏ, ਉਹ ਦੇਖੋ ਜ਼ਰਾ, ਇਹ ਦੇਖੇ ਜੀ ਬੱਚੇ ਕੈਸੇ ਇੰਜੋਏ ਕਰ ਰਹੇ ਹੈ, ਖੇਲ ਰਹੇ ਆ, ਪਤਾ ਨਹੀਂ ਕੀ ਖੇਲਣ ਡਿਆ। ਨਿਰੀ ਮਿੱਟੀ ਦੇ ਵਿੱਚ ਉਹਨਾਂ ਨੇ ਮਿੱਟੀਓ ਮਿੱਟੀ ਹੋ ਕੇ ਜਾਣਾ, ਫਿਰ ਮਾਵਾਂ ਕੋ ਖਾਣਗੇ ਗਾਲਾਂ ਅਤੇ ਖਾਣਗੇ ਮਾਰ, ਜੋ ਇਹਨਾਂ ਦੇ ਹਾਲਾਤ ਨੇ। ਨਿਰੀ ਮਿੱਟੀ ਆ ਥੱਲੇ ਬਸ, ਧੁੱਦਲ ਅਤੇ ਕਲੋਨੀ ਵਾਲਾ ਖਰੇ ਨਾਸੀ ਗਿਆ ਦੁਬਾਰਾ, ਤਾਂ ਮੈਂ ਦੇਖੀ ਨਹੀਂ ਕਦੀ ਕੁਛ ਕਰਦੇ ਨਾ ਕੁਛ ਕੁਰਦੇ। ਉਹ ਜਿੱਥੇ ਕੰਮ ਖੜਾ ਸੀ ਬਸ ਉੱਥੇ ਹੀ ਖੜਾ ਨੇ, ਕੁਛ ਨਹੀਂ ਕਰਦੇ ਪਏ ਬਸ ਨਾ। ਹੁਣ ਮੈਨੂੰ ਲੱਗਦਾ ਨਸ ਨੂੰ ਸੀ ਗਏ ਨੇ ਕਿਸੇ ਪਾਸੇ। ਬਸ ਇਹ ਹਵਾ ਬਹੁਤ ਸੋਹਣੀ ਠੰਡੀ ਠੰਡੀ ਚੱਲਦੀ ਪਈ ਆ, ਅਤੇ ਮੈਂ ਵੀ ਜ਼ਰਾ ਇੰਜੋਏ ਕਰਦੀ ਫਿਰਦੀ ਹਾਂ, ਇਕੱਲੀ ਕਰਦੀ ਫਿਰਦੀ। ਅੱਜ ਮੇਰੇ ਨਾਲ ਕੋਈ ਵੀ ਨਹੀਂ ਹੈਗਾ, ਸਾਰੀਆਂ ਬੁੱਸੀਆਂ ਤਰੱਕੀਆਂ ਥਾਂ ਥਾਂ ਬੈਠੀਆਂ, ਪਤਾ ਨਹੀਂ ਕੀ ਕਰਨ ਡਈਆਂ ਕੀ ਨਹੀਂ ਕਰਨ ਡਈਆਂ। ਆ ਇੱਕ ਤਾਂ ਖਬਰਾਂ ਸੁਣਨ ਡਈ ਦੁਨੀਆ ਦੀ ਪਹਿਲੀ ਵਾਰੀ, ਪਤਾ ਨਹੀਂ ਇਹਨੂੰ ਅੱਜ ਕੀ ਬੁਖਾਰ ਚੜਿਆ ਜਾਂ ਕੀ ਹੋਇਆ, ਕੁਛ ਸਮਝ ਨਹੀਂ ਆਉਣ ਡਈ। ਸੋਫੀਆ ਠੀਕ ਆ? ਠੀਕ ਆ ਕਿ ਨਹੀਂ? ਨਹੀਂ ਬੋਲੀ ਬੋਲੀ ਵੀ ਬੋਲੀ 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 ਬਜ ਬੋਲੀ ਬਾਜੀ ਬੋਲੀ। ਆ ਜੀ ਅੰਮਾ ਜੀ ਬਣਾ ਰਹੇ ਨੇ ਚੂਰੀ, ਅੱਜ ਚੂਰੀ ਖਾਣੇ ਕਾ ਮਨ ਹੋ ਰਿਹਾ ਥਾ ਜ਼ਿਆਨ ਕਾ, ਤੇ ਮੈਂ ਅੰਮੀ ਦਿੱਤੀ ਰੋਟੀ ਬਣਾ ਕੇ। ਮੈਂ ਕਿਹਾ ਮਿਹਨਤ ਬਹੁਤ ਹੀ ਔਖੀ ਲੱਗਦੀ, ਮੇਰੇ 'ਤੇ ਹੱਥ ਸੜ ਜਾਣੇ, ਅਤੇ ਮੈਂ ਕਹਿੰਦੀ ਲਿਆ ਮੈਨੂੰ ਇੱਥੇ ਬੈਠੀ ਨੂੰ ਦੇ ਅਤੇ ਮੈਂ ਬਣਾਵਾਂ। ਤੇ ਬਸ ਫਿਰ ਅੰਮੀ ਹੁਣ ਬਣਾ ਰਹੀ ਆ। ਅੰਮੀ ਹੱਥ ਕੰਮ ਕਰ ਹਾਂ, ਅੰਮੀ ਦੀ ਵੀ ਕਿਹੜਾ ਕੋਈ ਤਬੀਅਤ ਏਡੀ ਸਹੀ ਆ, ਲੇਕਿਨ ਇਹ ਕਿ ਅੰਮੀ ਨੇ ਇਹਦੀ ਨਾ ਇਹ ਬਸ ਕਰ ਦੇਣਾ, ਇਹਦੇ ਬਸ ਨਾ ਕਚੂੰਬਰ ਹੀ ਬਣਾ ਦੇਣਾ ਰੋਟੀ ਦਾ। ਅੰਮੀ ਬਹੁਤ ਸੋਹਣੀ ਕੁੱਟਦੀ ਆ। ਚੱਲ ਭਾਈ ਸਾਨੂੰ ਪਤਾ ਲੱਗ ਗਿਆ, ਆ ਗਿਆ ਵਾ, ਤੂੰ ਜ਼ਰਾ ਸਾਹ ਲੈ ਲਾ, ਕੋਈ ਸਬਰ ਕਰ ਲਾ, ਇਹਨੂੰ ਹਟਾਓ, ਇਹ ਆਲੇ ਦੁਆਲੇ ਖੜੇ ਯਾਰ, ਇਹਨੂੰ ਹਟਾਓ, ਸਾਹ ਸਾਹ ਹੀ ਹੋਇਆ ਪਿਆ ਅੱਜ, ਆਲੇ ਦੁਆਲੇ ਖੜੇ, ਇਹਨੂੰ ਹਟਾਓ। ਅੰਮੀ ਆਈ ਜੀ, ਚਾਹੇ ਬਣਾਉਣ ਚਾਹੇ ਚਾਹੇ। ਅੰਮੀ ਵਿਚਾਰੀ ਇੰਤਜ਼ਾਰ ਕਰ ਕਰਕੇ ਅੱਧਾ ਘੰਟਾ ਹੋ ਗਿਆ ਖੜੀ ਨੂੰ, ਅਤੇ ਹੁਣ ਆਈ ਸਾਡੀ ਗੈਸ।
ਹੁਣ ਮੈਂ ਕਹਿੰਦੀ ਮੇਰਾ ਤਾਂ ਦਿਲ ਹੀ ਘਟੀ ਜਾਂਦਾ ਖੜੀ ਨਹੀਂ ਹੋ ਹੁੰਦਾ ਇਸ ਟਾਈਮ ਵੈਸੇ ਆਉਂਦੀ ਫੁੱਲ ਫਲੈ ਚਾਹ ਹੈ ਨਾ ਸਹੀ ਪਤਾ ਲੱਗ ਜਾਂਦਾ ਚਾਹ ਨੂੰ ਦੇਖ ਚਾਹ ਵਿਚਾਰੀ ਚਲੋ ਬਣਾਓ ਫਿਰ ਤੁਸੀਂ ਮੰਮੀ ਫਿਰ ਬਣਾਉਂਦੀ ਹਾਂ ਆਪਦੇ ਵਾਸਤੇ ਮੇਰਾ ਵੀ ਗਲਾ ਦੇਖੋ ਨਾ ਅੱਜ ਸੁਬਹਾ ਸੁਬਹਾ ਹੀ ਆਹ ਹਾਲ ਆ ਗਲੇ ਦਾ ਸਾਰਾ ਦਿਨ ਪਤਾ ਨਹੀਂ ਗਲੇ ਨੇ ਕੀ ਕਰਨਾ ਹਾਂਜੀ ਇਹ ਹੈ ਸੁਬਹਾ ਪੂਰੇ 6 ਵਜੇ ਦਾ ਟਾਈਮ ਆ ਨਾ ਮਿੰਟ ਘੱਟ ਅਤੇ ਨਾ ਮਿੰਟ ਅੱਗੇ ਅਤੇ ਮੈਂ ਕਿਹਾ ਚਲੋ ਰਾਤ ਬਾਰਿਸ਼ ਪੈਂਦੀ ਰਹੀ ਸਾਡੇ ਬਸ ਹਲਕੀ ਫੁਲਕੀ ਜਿਹੀ ਨਾ ਬੜੀ ਇੰਜੋਏ ਜਿਹਾ ਕਰਨ ਵਾਲੀ ਬਾਰਿਸ਼ ਸੀ ਲੇਕਿਨ ਪੈਂਦੀ ਰਾਤ ਰਹੀ ਆ ਦਿਨੇ ਨਹੀਂ ਪਈ ਲਓ ਜੀ ਆ ਗਿਆ ਵੀ ਆ ਗਿਆ ਇਹਨਾਂ ਦਾ ਵੀ ਟਾਈਮ ਹੋ ਗਿਆ ਉਹ ਚਾਹ ਚੂਹ ਪੀ ਲਓ ਜਾ ਕੇ ਮੰਮੀ ਚਾਹ ਪੀਣ ਲੱਗੀ ਬਣਾ ਕੇ ਤੁਸੀਂ ਪੀਓ ਫਿਰ ਆਇਓ ਅਤੇ ਦੇਖ ਲਓ ਜੀ ਮੌਸਮ ਦੇ ਹਾਲਾਤ ਮੈਂ ਕਿਹਾ ਤੁਸੀਂ ਵੀ ਮਿਸ ਨਾ ਕਰੋ ਫਿਰ ਕੋਈ ਉਹਨਾਂ ਸਾਨੂੰ ਦਿਖਾਇਆ ਹੀ ਨਹੀਂ ਸੀ ਹਾਂ ਇਸ ਇੱਕ ਗੱਲ ਹੈ ਕਿ ਅੱਜ ਹਵਾ ਨਹੀਂ ਹੈਗੀ ਸੁਬਹਾ ਸੁਬਹਾ ਲੇਕਿਨ ਥੋੜ੍ਹੀ ਥੋੜ੍ਹੀ ਨਾ ਠੰਡ ਦੀ ਫੀਲਿੰਗ ਹੈ ਹਵਾ ਤਾਂ ਅੱਜ ਇੱਦਾਂ ਵਾ ਕਿ ਦਰਖਤ ਇੱਦਾਂ ਜਿੱਦਾਂ ਹਾਲੇ ਉੱਠੇ ਹੀ ਨਹੀਂ ਸੁੱਤੇ ਹੀ ਪਏ ਨੇ ਉੱਠ ਜਾਓ ਚਲੋ ਉੱਠੋ ਉੱਠੋ ਨਮਾਜ਼ ਨਮੂਜ਼ ਪੜੋ ਅਸੀਂ ਪੜ੍ਹ ਲਈਏ ਚਲੋ ਚੱਲਦੇ ਹਾਂ ਜੀ ਬਥੇਰਾ ਇੰਨਾ ਹੀ ਫਿਰ ਨਾ ਕਿ ਉਹ ਦੱਸਿਆ ਹੀ ਨਹੀਂ ਸੀ ਚੱਲ ਮੈਂ ਕਿਹਾ ਚੱਲ ਦਿਖਾ ਤਾਂ ਦੇਵਾਂ ਨਾ ਮਾੜਾ ਮੋਟਾ ਇੰਨਾ ਤਾਂ ਜ਼ਰੂਰੀ ਹੁੰਦਾ ਨਾ ਫਿਰ ਵੀ ਕਾਫੀ ਦਿਖਾ ਦਿੱਤਾ ਮੈਂ ਨਹੀਂ ਇਹ 'ਚ ਤਾਂ ਰਸ ਹੈਗਾ ਉਹਦੇ 'ਚ ਰਸ ਹੈ ਨਹੀਂ ਸੀ ਆ ਲਓ ਜੀ ਅਸੀਂ ਖਾਣ ਲੱਗੇ ਹੁਣ ਮਸੰਮੀ ਹਾਂ ਸੋ ਵੀ ਖਾ ਲਾ ਆ ਜਾ ਫਫੜਾ ਤਾਂ ਆ ਗਿਆ ਟਾਈਮ ਨਾਲ ਮਰੀਮ ਆ ਗਿਆ ਸਬਜ਼ੀ ਵਾਲਾ ਆ ਗਿਆ ਨਸ ਚਲੋ ਜੀ ਹਮ ਖਾਣੇ ਲੱਗੇ ਹੈ ਮਸੰਮੀ ਮਸੰਮੀ ਸੀ ਇੰਜੋਏ ਕਰਨ ਲੱਗੇ ਹੈ ਮਸੰਮੀ ਹਮਾਰੀ ਹੈ ਦੇਸੀ ਮੈਨੂੰ ਲੱਗਦਾ ਕਿਸੇ ਨਾ ਮਸੰਮੀਆਂ ਨਹੀਂ ਆ ਇਹ ਕੀ ਹੈ ਫਿਰ ਇਹ ਹੈਗੇ ਫਰੂਟਰ ਫਰੂਟਰ ਸੋ ਵੀ ਇਦਾਂ ਦੇ ਕਿਦੋਂ ਹੁੰਦੇ ਯਾਰ ਫਰੂਟਰ ਹੁੰਦੇ ਲਾਲ ਰੰਗ ਦੇ ਇਹ ਕਿਹੜੀ ਨਸਲ ਦੇ ਫਰੂਟਰ ਆ ਗਿਆ ਵੀ ਤੁਸੀਂ ਦੱਸੋ ਵੀ ਆ ਫਰੂਟਰ ਆ ਭਲਾ ਮਸੰਮੀਆਂ ਨੇ ਇਹ ਹੈ ਕਿਸੇ ਦੇਸੀ ਬੂਟੇ ਦੀਆਂ ਯਾਨੀ ਕਿ ਜਿਹੜੇ ਨਾ ਛੋਟੇ ਬੂਟੇ ਨਹੀਂ ਹੁੰਦੇ ਦੇਸੀ ਜਿਹਾ ਉਹਨਾਂ ਦਾ ਸਾਈਜ਼ ਵੱਡਾ ਨਹੀਂ ਹੋਇਆ ਇਹਨੂੰ ਵੀ ਦਿਓ ਕੁੜੀ ਤੁਹਾਡੀ ਕੁੜੀ ਕੁੜੀ ਤੁਹਾਡੀ ਬਹੁਤ ਸੋਹਣੀ ਹੈ ਮੈਂ ਕਹਿੰਦੀ ਹਾਂ ਤਾਂ ਤੁਹਾਨੂੰ ਤਾਂ ਨਜ਼ਰ ਲੱਗ ਜੂਗੀ ਤੁਹਾਨੂੰ ਤੇ ਆਹ ਲੈ ਜੀ ਮਸ਼ਹੂਰ ਨਹੀਂ ਅਸੀਂ ਕਰਨਾ ਸੋ ਵੀ ਹੁਣ ਨਿਸ਼ਾਨ ਹੀ ਲਾਈ ਜਾਣੇ ਇਹਨਾਂ ਨੂੰ ਭੋਰਾ ਕੱਟ ਵੀ ਲਾ ਚਲੋ ਜੀ ਹੋ ਗਈ ਜੀ ਸਾਡੀ ਕਮੀਜ਼ ਦੀ ਕਟਿੰਗ ਸੋਬਿਆ ਨੇ ਕੱਟ ਛੱਡੀ ਬਸ ਇੰਨੇ ਕੰਮ ਸੀ ਥੱਲੇ ਵੀ ਕਰਨੀ ਹਾਲੇ ਬਸ ਚਲੋ ਜੀ ਹੁਣ ਬਾਜ਼ੂ ਕੱਟ ਬਾਜ਼ੂ 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 ਕੀ ਕਟਿੰਗ ਭੋਰਾ ਆ ਨਹੀਂ ਖਾਡੀ 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 ਦਾ ਮੈਂ ਕਹਿੰਦੀ ਨਾ ਹੀ ਆ ਭੋਰਾ ਨਹੀਂ ਆ ਕਢਾਈ ਸਫਾਈ ਦੇ ਵਿੱਚ ਕੀਤੀ ਹੋਈ ਉਹਨਾਂ ਨੇ ਇਹ ਹੋ ਰਹੀ ਹੈ ਜੀ ਹਮਾਰੇ ਬਾਜ਼ੂਓਂ ਕੀ ਕਟਿੰਗ ਮੈਂ ਕਿਹਾ ਚਲੋ ਤੁਹਾਨੂੰ ਵੀ ਦਿਖਾਵਾਂ ਤੁਸੀਂ ਕਿਤੇ ਸਾਡੀ ਕਟਿੰਗ ਮਿਸ ਨਾ ਕਰ ਦਿਓ ਸੋ ਵੀ ਅਤੀ ਤੇ ਸੀਰੀ ਆ ਸਰਦੀਆਂ ਵਾਲੇ ਕੱਪੜੇ ਤੇ ਮੇਰੀ ਵਾਰੀ ਹਾਲੇ ਪਤਾ ਨਹੀਂ ਕਦੋਂ ਆਉਣੀ ਪਤਾ ਨਹੀਂ ਕਿਹੜਾ ਦੇਖਣ ਡਈ ਹੈ ਹੋ ਗਈ ਜੀ ਕਟਿੰਗ ਸ਼ਟਿੰਗ ਸਾਡੀ ਕਮੀਜ਼ ਦੀ ਹੋ ਗਈ ਪੂਰੀ ਬਸ ਹੋ ਗਈ ਨਾ ਚੁੱਕੋ ਉਹਦਾ ਦੀਦਾਰ ਕਰਾ ਦੇ ਮੈਨੂੰ ਕਿੱਦਾਂ ਦੇ ਬਣਾ ਰਹੀ ਆ ਚੌਕਲੇਟ ਚਾਵਲ ਆਹਾ ਚਾਵਲ ਕੁਛ ਕਲਰ ਕਿਤਨਾ ਅੱਛਾ ਹੈ ਅੱਜ ਤਾਂ ਸਹੀ ਬਰਾਊਨ ਬਰਾਊਨ ਕਲਰ ਆਏਗਾ ਹਮ ਬਣਾ ਰਹੇ ਹਾਂ ਵੈਜੀਟੇਬਲ ਰਾਈਸ ਸਹੀ ਇਸਮੇ ਡਾਲੇ ਹੈ ਮੈਨੇ ਨਹੀਂ ਨਹੀਂ ਮੈਂ ਥੋੜ੍ਹੀ ਬਣਾਉਣੀ ਸੋਬੇ ਬਣਾਉਣੀ ਮੈਂ ਵਿੱਚ ਆਪਣਾ ਨਾ ਐਵੇਂ ਧੱਕੇ ਨਾਲ ਲਿਆਉਣੀ ਅੱਛਾ ਵਿੱਚ ਬਣਾ ਰਹੇ ਹਾਂ ਆਲੂ ਮਟਰ ਗਾਜਰਾਂ ਸਾਰਾ ਕੁਛ ਪਾਤਾ ਬੰਦ ਗੋਭੀ ਪਾਈ ਹਾਂ ਤਾਂ ਸ਼ਕਲ ਦੇਖੋ ਕਿੰਨੀ ਮਜ਼ੇਦਾਰ ਹੈ ਚਲੋ ਹੁਣ ਪੱਕਦੇ ਹਾਂ ਤਾਂ ਫਿਰ ਖਾਂਦੇ ਹਾਂ ਬਹਿ ਕੇ ਤੁਹਾਨੂੰ ਵੀ ਸ਼ਕਲ ਦਿਖਾਵਾਂਗੀ ਵੈਸੇ ਨਾ ਸੋਬੇਰ ਮੈਂ ਕਹਿੰਦਾ ਪੱਕਦੇ ਹਾਂ ਖਾਂਦੇ ਸੋਬੇਰ ਮੇਰੇ ਨਾਲ ਘੂਰੀ ਪਾਈ ਵੈਸੇ
चलो जी माशाल्लाह हो गया तैयार चावल ते बहुत ही सोने ते खिले खिले सुबह मना हिला नजर आया इन्हू चल इन आलू दे रोनो हटे चला मैं खिलाती ये देखो ये तेरे ही हैं सारे ये यान के ही हैं सारे ये वाले चलो ये देखे हाँ ये देखे ये हमारा सलाद हो गया तैयार देखिए साढ़े प्याजा का रंग देखियो प्याज इस तरह साढ़े आए रेड कलर दे इदा लग रही है रेड बंद गोभी कट्टी लो जी ये है मेरी प्लेट तो मैं लगी हूँ खान गरम गरम चावल इंजॉय कर लगी तो साढ़े न्याणा भी रोन दिया तीस हाँ जी जी मैं बनाने लगी हूँ जी जल्दी जल्दी वाले कद्दू देखो प्याज वगैरह मेरा भुज रहा है भुन के तो बस फिर ना उधर मैं रख दिता दुध दुध भी उबल शुबल रहा है दुध में उबाला शुबाला नाल ही आ जाएगा फिर गैस ना एकदम ही स्लो हो जानी है हाँ जी जी मसाला मेरा भुज रहा बहुता मैं भुनिया नहीं है बस नॉर्मली मैं ना कद्दू बहुता मसाला नहीं पाँदी आ गया जी बच्चे नमक हल्दी मैं पा दी है थोड़ा जहा नमक पावे आप कद्दू मेरे है 1 kg बस फिर नमक तेज ही ना हो जाए ना भुज के ना हो जाते चलो जी हूँ पाने बच्चे मिर्च मिर्च थोड़ी पानी ज़्यादा नहीं पानी नज़ले खांसियाँ तो पूरे होए पे मैंने तो अपना बहुत ही बुरी हालत हुई पी है बुरी हालत कुछ ना पूछो कि मेरी कि बुरी हालत हुई पी है इस वास्ते ना मैं मिर्च थोड़ी पानी हांडी चलो जी हम इन भुन भुन के ना माड़ा मोटा जब माड़ा मोटा करिए ना उदो सगो शायद जल्दी सोहनी बन जाती है आप हूँ पाने बच्चे कद्दू शरीफ आ गया जी कद्दू बहुत बारीक बारीक मैंने ना इदा के कट्टे आ देखो इतने मोटे नहीं कट जल्दी गल जाएंगे तो उधर मेरा दूध भी ना बेचारा बहर आने कर लो जी मेरे माशाल्लाह जी बहुत ही सोहने तो खूबसूरत कद्दू बन के हो गए ने तैयार तो मैं मज़े मज़े ना एक रोटी बना के चोपड़ के खा के हटी हाँ मज़ा ही आ गया मैं कहनी है चासी आ गई मरिया मैं लगता उबालन लगी छलियाँ मरियम छलियाँ उबालन लगी है मरियम छलियाँ उबालन लगी ए आ जाओ बाहर फिर अम्मी दुध लैन आई अम्मी का सालन की बना लगी अच्छा फिर मैनू तो दुध देना हाले मैं दुध लैके छत जाना हाँ मैं कुछ तो करूंगी छत जाके हाले मैं